ਪਾਣੀ ਵਾਸਤੇ ਵੀ ਹੋਰ ਸਾਰੇ ਜਿਵੇਂ ਚੇਅਰਮੈਨ ਸਾਹਿਬ ਦੱਸ ਰਹੇ ਸੀਗੇ ਕਿ ਸਮਝੋ ਵੀ ਸਰਕਾਰ ਨੂੰ ਬੋਲੋ ਵੀ ਭਰੋਸਾ ਦਵਾਇਆ ਅਤੇ ਇੰਪਲੀਮੈਂਟ ਵੀ ਸਾਰਾ ਕੁਛ ਹੋਏਗਾ। ਦੇਖੋ ਮੈਂ ਪਹਿਲਾਂ ਤਾਂ ਸਾਡੇ ਜਿਹੜੇ ਆਨਰੇਬਲ ਚੇਅਰਮੈਨ ਆਦਰਸ਼ ਕੁਮਾਰ ਗੋਇਲ ਜੀ ਅੱਜ ਸਾਨੂੰ ਕਹਿ ਲਓ ਗਾਈਡਲਾਈਨ ਦੇਣ ਲਈ ਦਿਸ਼ਾ ਨਿਰਦੇਸ਼ ਕਰਨ ਲਈ ਅੱਜ ਇੱਥੇ ਪਟਿਆਲੇ ਪਹੁੰਚੇ ਹਨ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਸੀ ਜੀ ਆਲ ਸਾਹਿਬ ਦਾ ਜਿਨ੍ਹਾਂ ਦਾ ਬਹੁਤ ਲੰਬਾ ਸੰਘਰਸ਼ ਹੈ। ਅੱਜ ਜੇ ਕਹਿ ਲਓ ਵੀ ਕੁਛ 5-7 ਸਾਲ ਤੋਂ ਸਾਰੀ ਦੁਨੀਆ ਅਵੇਅਰ ਹੋਈ ਹੈ, ਹੁਣ ਪਿੰਡਾਂ 'ਚ ਵੀ ਕਹਿ ਲਓ ਵੀ ਜਿਹੜੇ ਸਾਡੇ ਨੌਜਵਾਨ ਨੇ ਉਹ ਵੀ ਕਲੱਬ ਬਣਾ ਬਣਾ ਕੇ ਜੇ ਕਹਿੰਦੇ ਅਸੀਂ ਪੌਦੇ ਲਾਉਣੇ ਆ, ਅਸੀਂ ਪਾਣੀ ਸਾਫ਼ ਕਰਨਾ, ਜਾਂ ਜੇ ਕਹਿ ਲਓ ਘੱਟੋ ਘੱਟ ਸੋਸ਼ਲ ਮੀਡੀਆ 'ਤੇ ਵੀ ਲਿਖੇ ਲੱਗੇ ਆ ਬਿਲਕੁਲ ਵੀ ਭਾਈ ਜੇ ਕਹਿ ਲਓ ਵੀ ਜਿਹੜਾ ਬੁੱਢਾ ਦਰਿਆ ਸੀ ਉਹ ਬੁੱਢਾ ਨਾਲਾ ਕਿਉਂ ਬਣ ਗਿਆ, ਅਜੇ ਨੌਜਵਾਨ ਉਹਦੇ ਬਾਰੇ ਚਿੰਤਿਤ ਕਰਦੇ ਆ। ਤਾਂ ਮੈਂ ਸਮਝਦਾ ਇਹ 'ਚ ਬਹੁਤ ਵੱਡਾ ਰੋਲ ਸੀਚੇਵਾਲ ਸਾਹਿਬ ਦਾ ਹੈਗਾ, ਕਿਉਂਕਿ ਉਹ ਕਹਿ ਲਓ ਵੀ ਇਕੱਲੇ ਤੁਰੇ ਸੀ ਕਿਸੇ ਟਾਈਮ, ਹੈ ਨਾ, ਉਦੋਂ ਕੋਈ ਨਹੀਂ ਸੀ ਜਾਣਦਾ ਵੀ ਸੰਤ ਸੀਚੇਵਾਲ ਕੌਣ ਆ, ਸਾਡੇ ਵਰਗੇ ਵੀ ਪੜ੍ਹ ਲੈਂਦੇ ਸੀ ਵੀ ਹਾਂ ਭਾਈ ਆਹ ਕੋਈ ਬਾਬਾ ਜੀ ਲੱਗੇ ਹੋਇਆ, ਪਤਾ ਨਹੀਂ ਕੀ ਗੱਲ ਕਰਦੇ ਆ, ਰੋਜ਼ ਲੱਗੇ ਰਹਿੰਦੇ ਆ। ਪਰ ਹੁਣ ਜਾ ਕੇ ਅੱਜ ਇਹਨਾਂ ਦੇ ਪਿੱਛੇ ਸਾਰੇ ਜਿਹੜਾ ਪੰਜਾਬ ਹੈ ਲੱਗਿਆ, ਮੈਂ ਕਹਿਣਾ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ। ਸੋ ਉਸੇ 'ਤੇ ਅਸੀਂ ਲਗਾਤਾਰ ਜਿਹੜਾ ਕੰਮ ਵੀ ਕਰ ਰਹੇ ਹਾਂ, ਮੈਂ ਸੀਚੇਵਾਲ ਸਾਹਿਬ ਨਾਲ ਵੀ ਪਿਛਲੇ ਦਿਨ ਹੀ ਉੱਥੇ ਅਸੀਂ ਬੁੱਢੇ ਦਰਿਆ 'ਤੇ ਵੀ ਵਿਜ਼ਿਟ ਕਰਕੇ ਆਏ ਹਾਂ, ਉੱਥੇ ਵੀ ਲਗਾਤਾਰ ਜਿਹੜੇ ਆ ਲੱਗੇ ਹੋਏ ਹਾਂ। ਅਤੇ ਸਾਰੀ ਸਾਡੀ ਜਿਹੜੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਹੈ, ਲਗਾਤਾਰ ਅਸੀਂ ਚੈੱਕ ਵੀ ਰੱਖ ਰਹੇ ਹਾਂ ਅਤੇ ਲਗਾਤਾਰ ਸਰਕਾਰ ਲੱਗੇ ਵੀ ਹੋਇਆ ਕਿ ਜਿਹੜੇ ਟ੍ਰੀਟਮੈਂਟ ਪਲਾਂਟ ਆ ਜਿਹੜੇ ਲਾਏ ਜਾਣ ਅਤੇ ਪੰਜਾਬ ਦਾ ਪਾਣੀ ਅਤੇ ਜਿਹੜਾ ਵਾਤਾਵਰਨ ਆ ਉਹ ਸਾਫ਼ ਜਿਹੜਾ ਰੱਖਿਆ ਜਾ ਸਕੇ। ਫੈਕਟਰੀਆਂ ਦੀ ਗੱਲ ਕੀਤੀ, ਫੈਕਟਰੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਧੂੰਆਂ ਫੈਲਾਉਂਦੀਆਂ ਨੇ, ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਊਗੀ? ਪਿਛਲੀ ਸਰਕਾਰ ਲਗਾਤਾਰ ਕਹਿ ਰਹੀ ਵੀ ਕਾਰਵਾਈ ਕੀਤੀ ਜਾਵੇਗੀ, ਹੁਣ ਵੀ ਬਹੁਤ ਫੈਕਟਰੀਆਂ ਨੇ ਜਿਹੜੀਆਂ ਨਜਾਇਜ਼ ਆ ਰਹੀਆਂ ਨੇ ਜਾਂ ਪੋਲਿਊਸ਼ਨ ਕਰ ਰਹੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਇੰਡਸਟਰੀ ਤਰੱਕੀ ਕਰੇ, ਹਰ ਕੋਈ ਮੁਲਕ ਚਾਹੁੰਦਾ, ਹਰ ਕੋਈ ਸੂਬਾ ਚਾਹੁੰਦਾ, ਪਰ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਜਿੰਨੀ ਇੰਡਸਟਰੀ ਜ਼ਰੂਰੀ ਆ ਉਹਨਾਂ ਸਾਡੇ ਲਈ ਵਾਤਾਵਰਨ ਵੀ ਜ਼ਰੂਰੀ ਹੈ। ਅਸੀਂ ਇਸ ਸ਼ਰਤ 'ਤੇ ਨਹੀਂ ਇੰਡਸਟਰੀ ਨੂੰ ਤਰੱਕੀ ਕਰਨ ਦੇ ਸਕਦੇ ਵੀ ਭਾਈ ਸਾਡਾ ਜਿਹੜਾ ਵਾਤਾਵਰਨ ਹੈ ਉਹ ਖਰਾਬ ਹੋ, ਕਿਉਂਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਸਾਡੀ ਜਿਹੜੀ ਜਨਰੇਸ਼ਨ ਹੈ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਉਹ ਸਵਾਲ ਹੈ, ਹੈ ਜਿਹੜਾ ਸੂਬਾ 5 ਪਾਣੀਆਂ ਤੋਂ ਜਿਹਦਾ ਨਾਮ ਪਿਆ ਹੋਵੇ, ਹੈ ਨਾ, ਅਤੇ ਉੱਥੋਂ ਦੇ ਪਾਣੀ ਕਹਿ ਲਓ ਪ੍ਰਦੂਸ਼ਿਤ ਹੋ ਜਾਣ, ਉੱਥੋਂ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਜਾਵੇ। ਤਕਰੀਬਨ ਤੁਸੀਂ ਦੇਖੋ ਵੀ 16 ਲੱਖ ਲੋਕਾਂ ਦੀ ਮੌਤ ਇਕੱਲੇ ਏਅਰ ਪੋਲਿਊਸ਼ਨ ਕਰਕੇ ਸਾਡੇ ਦੇਸ਼ 'ਚ ਹੋ ਜਾਂਦੀ ਹੈ, ਤਕਰੀਬਨ 24 ਲੱਖ ਮੌਤਾਂ ਹਰ ਸਾਲ ਵੱਖ ਵੱਖ ਤਰ੍ਹਾਂ ਜਿਹੜੇ ਪੋਲਿਊਸ਼ਨ ਹੈ ਉਹਦੇ ਕਰਕੇ ਹੋ ਜਾਂਦੀਆਂ। ਸੋ ਇਹ ਹੈ ਤਾਂ ਹੈ ਨਾ ਵੀ ਕਿਤੇ ਨਾ ਕਿਤੇ ਕਮੀ ਪੇਸ਼ੀ ਹੈ, ਕੰਟਰੋਲ ਨਹੀਂ ਰਿਹਾ, ਪੋਲਿਊਸ਼ਨ ਹੋ ਰਿਹਾ ਜਿਹਦੇ ਕਰਕੇ ਇਹ ਮੌਤਾਂ ਜਿਹੜੀਆਂ ਨੇ ਹੋ ਰਹੀਆਂ। ਸੋ ਉਸ ਚੀਜ਼ 'ਤੇ ਸਖਤੀ ਕਰਨ ਦੀ ਵੀ ਜ਼ਰੂਰਤ ਹੈ, ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਜ਼ਰੂਰਤ ਹੈ। ਅਸੀਂ ਅੱਜ ਸਟੇਜ ਤੋਂ ਵੀ ਕਿਹਾ ਸੀ, ਜਿੱਥੇ ਚੇਅਰਮੈਨ ਸਾਹਿਬ ਨੇ ਵੀ ਸਾਨੂੰ ਇਹੀ ਦਿਸ਼ਾ ਦਿੱਤੀ ਹੈ ਕਿ ਦੋਨਾਂ ਦਾ ਇਹ ਜਿਹੜਾ ਕਲੈਕਟਿਵ ਰੋਲ ਹੈ, ਲੋਕਾਂ ਦਾ ਵੀ ਸਰਕਾਰ ਦਾ ਵੀ। ਅਸੀਂ ਜਿੱਥੇ ਸਖਤੀ ਕਰਾਂਗੇ ਉੱਥੇ ਲੋਕਾਂ ਨੂੰ ਵੀ ਬੇਨਤੀ ਵੀ ਕਰਾਂਗੇ, ਅਸੀਂ ਆਪ ਜਾ ਕੇ ਸੀਐਮ ਸਾਹਿਬ ਸਿਸਟਮ ਬਦਲਣ 'ਤੇ ਜ਼ੋਰ ਦਿੱਤਾ ਉਹਨਾਂ ਨੇ, ਹਾਂਜੀ ਸਿਸਟਮ ਬਦਲਿਆ ਜਾਵੇ ਸਾਰਾ, ਜੋ ਬ੍ਰਿਟਿਸ਼ ਰਾਜ 'ਤੇ ਚੱਲਦਾ ਆ ਰਿਹਾ ਸਾਰਾ ਨਹੀਂ, ਉਹ ਸਿਸਟਮ ਸਿਸਟਮ ਵੀ ਦੇਖੋ, ਇਹਨਾਂ ਦੀ ਗਾਈਡੈਂਸ ਅਤੇ ਸਾਡੇ ਸੀਐਮ ਸਾਹਿਬ ਦੀ ਲੀਡਰਸ਼ਿਪ ਦੇ ਅੰਡਰ ਅਸੀਂ ਪੰਜਾਬ ਦੇ ਵਾਤਾਵਰਨ ਸਾਫ਼ ਕਰਨ ਲਈ ਜਿਹੜੀ ਕੋਈ ਵੀ ਇੰਡਸਟਰੀ ਚਾਹੇ ਕਿਸੇ ਦੀ ਹੈ, ਸਾਡੇ 'ਤੇ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ, ਜੋ ਵੀ ਪੋਲਿਊਸ਼ਨ ਕਰੂਗਾ ਅਸੀਂ ਸਾਰਿਆਂ 'ਤੇ ਉਹਨਾਂ 'ਤੇ ਸਖਤੀ ਵੀ ਕਰਾਂਗੇ ਅਤੇ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਅਸੀਂ 100% ਸਾਡੀ ਮੈਸੇਜ ਪੋਲੀਥੀਨ ਬੈਨ ਕੀਤੀ ਗਈ, ਲੇਕਿਨ ਅੱਜ ਵੀ ਫੈਕਟਰੀਆਂ ਚੱਲ ਰਹੀਆਂ। ਦੱਸੋ ਜੀ ਹੁਣ ਅਸੀਂ ਤਾਂ ਖੜੇ ਆ ਸਾਡੇ ਚੇਅਰਮੈਨ ਸਾਹਿਬ, ਬਿਲਕੁਲ ਸਹੀ ਕਹਿ ਰਹੇ, ਪਟਿਆਲਾ ਜ਼ਿਲ੍ਹੇ ਦੇ ਵਿੱਚ ਤੁਸੀਂ ਫੋਕਲ ਪੁਆਇੰਟ ਚਲੇ ਜਾਓ, ਜਿਨ੍ਹਾਂ ਦੇ ਵਿੱਚੋਂ ਕਈ ਨਜਾਇਜ਼ ਜਿਹੜੀਆਂ ਫੈਕਟਰੀਆਂ ਨੇ ਉਹ ਚੱਲ ਰਹੀਆਂ ਨੇ, ਜਿਹੜਾ ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਆ ਜੀ ਉਹ ਛੱਡ ਗਏ। ਅਸੀਂ ਆਏ ਦੀ ਨਹੀਂ ਜਿਹੜੀ ਚੈਕਿੰਗ ਕਰ ਰਹੇ ਹਾਂ, ਜੇ ਹੁਣ ਵੀ ਕੋਈ ਹੈ, ਅਸੀਂ ਹੁਣ ਵੀ ਦੇਖੋ ਕਿਸੇ ਨਾਲ ਸਾਡੀ ਕੋਈ ਲਿਹਾਜ਼ ਨਹੀਂ, ਜੇ ਕੋਈ ਇੱਦਾਂ ਦਾ 5 ਤਰੀਕ ਨੂੰ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਉਣ ਵਾਲੇ ਜਿਹੜੀ 5 ਅਗਸਤ ਆ ਸੀਐਮ ਸਾਹਿਬ ਉਹ ਤਣਾਅ ਫੀਲਡ 'ਚ ਜਾ ਕੇ ਸਾਰੇ ਜ਼ਿਲ੍ਹਿਆਂ 'ਚ ਅਸੀਂ ਜਿਹੜੀ ਪਲਾਸਟਿਕ ਬੈਨ ਦੇ ਜਿਹੜੇ ਵਿਰੁੱਧ ਅਸੀਂ ਮੁਹਿੰਮ ਆ ਜਿਹੜੀ ਵੱਡੇ ਪੱਧਰ ਜਿਹੜੀ ਵੇਢਣ ਜਾ ਰਹੇ ਹਾਂ, ਅਤੇ ਅਸੀਂ ਮੈਂ ਉਹੀ ਕਹਿਣਾ ਜਿੱਥੇ ਲੋਕਾਂ ਨੂੰ ਅਵੇਅਰ ਕਰਾਂਗੇ ਉੱਥੇ ਸਖਤੀ ਵੀ ਕਰਾਂਗੇ, ਜਿੱਥੇ ਵੀ ਤੁਸੀਂ ਚੱਲਦੀ ਹੈ ਸਾਡੇ ਧਿਆਨ 'ਚ ਲਿਆਓ, ਤੁਸੀਂ ਵੀ ਪੰਜਾਬ ਦਾ ਹਿੱਸਾ ਹੋ, 3 ਕਰੋੜ ਆਬਾਦੀ ਦਾ ਹਿੱਸਾ ਹੋ, ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਤੇ ਚੱਲਦੀ ਸਾਡੇ ਧਿਆਨ 'ਚ ਲਿਆਓ, ਅਸੀਂ ਉਹਨਾਂ ਦੇ ਕਾਰਵਾਈ ਕਰਾਂਗੇ। ਮੰਤਰੀ ਜੀ, ਹੋਮ ਮਿਨਿਸਟਰੀ ਨੇ ਕਾਫੀ ਕੰਸਰਨ ਸ਼ੋਅ ਕੀਤੇ ਨੇ ਬਾਰਡਰ ਏਰੀਏ 'ਚ ਜਿੱਥੇ ਮਾਈਨਿੰਗ ਵਗੈਰਾ ਹੋਈ ਹੈ, ਐਨਜੀਟੀ ਨੇ ਵੀ ਕੰਸਰਨ ਸ਼ੋਅ ਕੀਤਾ, ਉੱਥੇ ਟੋਏ ਬਣ ਗਏ ਨੇ ਕਾਫੀ ਲੰਬੇ ਲੰਬੇ ਡੂੰਘੇ ਡੂੰਘੇ, ਉੱਥੇ ਕੋਈ ਜਿਹੜੇ ਦੂਜੇ ਦੇਸ਼ 'ਚੋਂ ਆਉਂਦੇ ਨੇ ਕੋਈ ਡਰੱਗਸ ਸਮਗਲਰ ਜਾਂ ਕੋਈ ਟੈਰਿਸ ਆ ਕੇ ਛੁਪਦੇ ਨੇ, ਉਹਨਾਂ ਉੱਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ, ਉਹਨਾਂ ਨੂੰ ਭਰਿਆ ਜਾਏਗਾ ਜਾਂ ਉਹਨਾਂ ਉੱਤੇ ਕੀ ਕਾਰਵਾਈ ਕੀਤੀ? ਜ਼ਰੂਰ ਜੀ, ਅਸੀਂ ਉਹਦਾ ਕਹਿ ਲਓ ਜੋ ਸਕਿਉਰਿਟੀ ਰੀਜ਼ਨ ਹੈ ਅਸੀਂ
जिहड़े चैक करवा के उहदे ते जरूर जिहड़ी है कोई भी जे कोई इदां दे क्योंकि जे कोई साडे बॉर्डरस ते इदां दी कोई कारवाई हो रही है जे तुसीं कहने हो भी भाई इदां दा खर्चा जिहड़ा जाहिर कीता तां साडे लई जिहड़ी पंजाब दी सिक्योरिटी सब तो इंपोर्टेंट है जिथे एनवायरमेंट इंपोर्टेंट उथे स्टेट की सिक्योरिटी भी क्योंकि माइनिंग करते करते काफी डूंगा देखो देखो पिछले समय थोनू ये चलता पता ही है तुसी कनौर रंगज भी जाके देख सकदे हो बहुत डूंगा डूंगे लीगल माइनिंग भी सी जिहड़ी उस तों बिना इलीगल माइनिंग सी उहने चलो जिथे स्टेट का फाइनैशियल लॉस किया उथे उहने कह लो जिहड़ा दूसरा जे पोल्यूशन नूं लैके देखी उहने दूसरा भी जे अज कह लो भी फसलों का नुकसान हो रहा है जां जिहड़ी होर तबाही हो रही है उहदे च वी उहदा वड्डा योगदान है ते इक योगदान जिहड़ा नुकसान का होर तुसीं दस रहे हो भी भाई उत्थे जिहड़ा स्टेट की सिक्योरिटी नूं भी थ्रैट है सो इहदे ते असीं जरूर जिहड़ा कह लो भी आने वाले समय